ਦੀ ਰੈਵਨਿਊ ਪਟਵਾਰ ਯੂਨੀਅਨ ਅਤੇ ਦੀ ਕਨਗੂ ਐਸੋਸੀਏਸ਼ਨ ਦੀ ਤਾਲਮੇਲ ਕਮੇਟੀ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਪੰਜਾਬ ਦੇ ਖਿਲਾਫ ਸਮੇਂ ਸਮੇਂ ਤੇ ਪ੍ਰਦਰਸ਼ਨ ਕਰਦੇ ਆ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਿੱਚ ਅੱਜ ਭਵਾਨੀਗੜ੍ਹ ਤਹਿਸੀਲ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਅਣਮਿੱਥੇ ਸਮੇਂ ਦੇ ਲਈ ਪਟਵਾਰੀਆਂ ਵੱਲੋਂ ਵਾਧੂ ਹਲਕੇ ਦਾ ਕੰਮ ਬੰਦ ਕਰ ਦਿੱਤਾ ਗਿਆ ਜਿਸ ਵਿੱਚ ਕਿ 15 ਪਟਵਾਰ ਹਲਕੇ ਅਤੇ 1 AOK ਦੀ ਪੋਸਟ ਦਾ ਕੰਮ ਬੰਦ ਕੀਤਾ ਗਿਆ। ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਦੇ ਨਾਲ ਭਵਾਨੀਗੜ੍ਹ ਦੇ ਤਕਰੀਬਨ 35 ਪਿੰਡਾਂ ਦਾ ਕੰਮ ਪ੍ਰਭਾਵਿਤ ਹੋਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਆਜ਼ਾਦ TV ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ। मैं सुमदीप सिंह पटवारी प्रधान डी रेवन्यू पटवार यूनियन तहसील भवानीगढ़। अज असी डी रेवन्यू पटवार यूनियन पंजाब अते कानगो एसोसीएशन पंजाब की बनी तालमेल कमेटी के सदे उपर पंजाब भर में सारे वाधू चार्जा का चार्ज छड़ रहे हैं। अज असी तहसील भवानीगढ़ 15 पटवार हल्के एक AOK का चार्ज छड़ रहे हैं जिसका रिकॉर्ड असी दफ्तर कानगो निर्मल सिंह जी को जमा करवा दिता गया। छड़न का कारण की है जी? कारण यह है जी कि पंजाब सरकार वालों साड़िया मंगा बहुत लंबे समय तो अंकौड़िया की जा रही हैं, कोई भी उन्होंने वाल ध्यान नहीं दिता जा रहा। सब तो पहली मंग साड़ी भर्ती की है। पंजाब इस समय 4716 पोस्टा ने पटवारी दियाँ जिन्हों उपर सिर्फ 1900 पटवारी काम कर रहे हैं। 2700 तो ये लगभग पटवारियों पोस्टा खाली ने, परंतु सरकार एक मजाक कर रही है 1090 पोस्टा की भर्ती कढ के। जो आप पता 2700 पोस्टा खाली ने 1090 की आप भर्ती कर रहे हैं, 1600 तो आप पहले ही खाली छड़ती हैं। उस तो बाद पटवारी बनने बंदे 2 साल का समा लगता है, 1.5 साल की साड़ी ट्रेनिंग होंगी है, भर्ती की प्रक्रिया में 6-7 महीने लग जाने हैं। जो तक 1090 की भर्ती होकर फील्ड चोनी है उदों तक इन्ने क मुलाजम दोबारा रिटायर हो जाने हैं। गल भर्ती होने के बावजूद भी साढ़े को 2700-2800 वैकेंसी फिर खाली रह जानी है। अज साडे कोल तहसील भवानीगढ़ 28 पोस्टा दे असी सिर्फ 12 पटवारी काम कर रहे हैं। साढ़े कोल 16 पटवारी दे पोस्टा खाली ने, असी रल मिल के काम चला रहे हैं, बहुत लंबे समय तो चला रहे हैं। असी भी चाहते हैं कि नवे नौजवान रोज़गार मिले। देखो 2700 पोस्ट खाली है, तुसीं 2700 पटवारी भर्ती करो। इसका वर्कलोड भी थोड़े जो भी वर्कलोड भी जी साढ़े को एक एक पटवारी को 3-3 चार्ज भी ने, 2-2 भी ने। देखो 28 पटवारी का काम असी 12 पटवारी कर रहे हैं, वो सर वर्कलोड साढ़े ही पैंदा जी। ਪਰ ਹੁਣ ਅੰਦਾਜ਼ਾ ਕਿੰਨੇ ਪਿੰਡਾਂ ਦਾ ਕੰਮ ਤੁਸੀਂ ਛੱਡ ਰਹੇ ਹੋ? ਭਵਾਨੀਗੜ੍ਹ ਤਹਿਸੀਲ ਦੇ ਜੀ 15 ਪਟਵਾਰ ਹਲਕਿਆਂ ਦਾ ਕੰਮ ਬੰਦ ਹੋਊਗਾ, ਜਿਸ ਵਿੱਚ 34 ਪਿੰਡਾਂ ਦਾ ਕੰਮ ਬੰਦ ਹੋਣ ਜਾ ਰਿਹਾ ਹੈ। ਇਹਦਾ ਸਿੱਧੀ ਸਿੱਧੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਅਤੇ ਵਿੱਤ ਮੰਤਰੀ ਪੰਜਾਬ ਹੈ ਜੀ। ਕਦੋਂ ਤੱਕ ਇਹ ਬੰਦ ਰੱਖੋਗੇ? ਫਿਲਹਾਲ ਇਹ ਅਣਮਿੱਥੇ ਸਮੇਂ ਲਈ ਹੈ ਜੀ, ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੰਦੀ, ਸਾਡੀਆਂ ਗੱਲ ਨਹੀਂ ਸੁਣਦੀ, ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤੱਕ ਵਾਧੂ ਚਾਰਜਾਂ ਵਾਧੂ ਪਟਵਾਰ ਹਲਕਿਆਂ ਦਾ ਚਾਰਜ ਨਹੀਂ ਲਿਆ ਜਾਵੇਗਾ। ਹਾਂਜੀ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਮੰਗਤ ਰਾਏ ਹੈ ਜੀ, ਪਟਵਾਰੀ ਅਤੇ ਦੀ ਰੈਵਨਿਊ ਪਟਵਾਰ ਯੂਨੀਅਨ ਤਹਿਸੀਲ ਭਵਾਨੀਗੜ੍ਹ ਤੋਂ ਖਜਾਨਚੀ ਹਾਂ ਜੀ ਮੈਂ। ਅਤੇ ਜਿਵੇਂ ਕਿ ਸਾਡੇ ਪਹਿਲਾਂ ਪ੍ਰਧਾਨ ਜੀ ਨੇ ਦੱਸਿਆ ਹੈਗਾ, ਪੰਜਾਬ ਸਰਕਾਰ ਹੈ ਜਿਹੜੀਆਂ ਸਾਡੀਆਂ ਮੰਗਾਂ ਨੇਗੀਆਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅਸੀਂ ਕਾਫੀ ਲੰਬੇ ਸਮੇਂ ਤੋਂ ਜਿਹੜੇ ਸੰਘਰਸ਼ ਉਲੀਕਿਆ ਹੋਇਆ, ਜਿਵੇਂ ਪਹਿਲਾਂ ਅਸੀਂ ਛੁੱਟੀ ਦੇ ਉੱਪਰ ਚਲੇ ਗਏ ਸੀਗੇ, ਸਮੂਹਿਕ ਛੁੱਟੀ ਲਈ ਸੀਗੀ ਵੀ ਸਰਕਾਰ ਦੇ ਕੰਨਾਂ 'ਚ ਕੋਈ ਜੂੰ ਸਿਰਕੂਗੀ, ਸਰਕਾਰ ਦੇ ਕੰਨਾਂ 'ਚ ਕੋਈ ਜੂੰ ਨਹੀਂ ਸਿਰਕੀ ਹੈਗੀ। ਉਸ ਤੋਂ ਬਾਅਦ ਸਾਡੇ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਸਾਨੂੰ ਉਦੇਸ਼ ਆਇਆ ਕਿ ਵੱਖ ਵੱਖ ਤਰੀਕਾਂ ਦੇ ਮੁਤਾਬਕ ਆਪਾਂ ਨੇ ਜਿਹੜੇ ਵਾਧੂ ਸਰਕਲ ਨੇ ਉਹ ਛੱਡਣੇ ਨੇ। ਫਿਰ ਵੀ ਸਰਕਾਰ ਇੱਕ ਜੂਨ ਤੋਂ ਲੈ ਕੇ 21 ਜੂਨ ਤੱਕ ਜਿਹੜੇ ਸਰਕਲ ਅਸੀਂ ਪੂਰੇ ਪੰਜਾਬ ਦੇ ਵਿੱਚ ਵਾਧੂ ਛੱਡਣੇ ਸੀਗੇ। ਸਾਨੂੰ ਐਂ ਸੀਗਾ ਵੀ ਜੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਵੇਂ ਸਰਕਲ ਛੱਡੇ ਸੀਗੇ, ਜ਼ਿਲ੍ਹਾ ਮਾਨਸਾ ਦੇ ਵਿੱਚ ਸਰਕਲ ਛੱਡੇ ਸੀਗੇ ਵੀ ਸਰਕਾਰ ਸਾਡੇ ਨਾਲ ਕੋਈ ਤਾਲਮੇਲ ਕਰੂਗੀ, ਕੋਈ ਗੱਲਬਾਤ ਕਰੂਗੀ, ਪਰ ਹਜੇ ਤੱਕ ਸਰਕਾਰ ਨੇ ਸਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਹੈਗੀ। ਇਹ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾਰੂ ਨੀਤੀਆਂ ਜਿਹੜੀਆਂ ਚੱਲ ਰਹੀਆਂ ਨੇਗੀਆਂ। ਹੁਣ ਸਾਡੇ ਭਵਾਨੀਗੜ੍ਹ ਦੇ ਵਿੱਚ ਟੋਟਲ 27 ਪਟਵਾਰ ਸਰਕਲ ਨੇ, 1 AOK ਦਾ ਸਰਕਲ ਹੈ ਜਿਹਦੇ 'ਚ ਅਸੀਂ 12 ਪਟਵਾਰੀ ਕੰਮ ਕਰ ਰਹੇ ਹਾਂ, ਅਤੇ ਅੱਜ ਅਸੀਂ 15 ਸਰਕਲਾਂ ਦਾ ਜਿਹੜਾ ਕੰਮ ਹੈ ਉਹ ਛੱਡਤਾ ਗਾ, ਜਿਹਦੇ ਨਾਲ ਟੋਟਲ 34-35 ਪਿੰਡ ਨੇ ਜਿਹੜੇ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਇਹ ਜਿਹੜੀ ਜ਼ਿੰਮੇਵਾਰੀ ਹੈ ਸਾਰੀ ਪੰਜਾਬ ਸਰਕਾਰ ਦੀ ਹੈ, ਅਤੇ 12 ਪਟਵਾਰੀਆਂ ਦੇ ਵਿੱਚੋਂ ਵੀ ਸਾਡੇ ਕੋਲ ਜਿਹੜੇ ਪਟਵਾਰੀ ਨੇ ਤਕਰੀਬਨ 7-8 ਪ੍ਰੋਵਿਜ਼ਨਲ ਪੇਡ ਦੇ ਉੱਪਰ ਜਿਹੜੇ ਕੰਮ ਕਰ ਰਹੇ ਨੇਗੇ, ਉਹਨਾਂ ਦੀ ਜਿਹੜੀ ਸੈਲਰੀ ਹੈ ਉਹ 10,000 ਰੁਪਏ ਸੈਲਰੀ ਹੈ। ਸਰ ਇੰਨੀ ਜਲਦੀ ਅਪਾਇੰਟਮੈਂਟ ਤਾਂ ਪੋਸੀਬਲ ਵੀ ਨਹੀਂ ਹੈਗੀ ਹੈ ਨਾ, ਜਿਵੇਂ ਸਰ ਪਹਿਲਾਂ ਦੱਸ ਕੇ ਗਏ ਨੇ, ਅਤੇ ਫਿਰ ਇਹ ਤਾਂ ਬਹੁਤ ਲੰਬੇ ਸਮੇਂ ਤੱਕ ਚਲਾ ਜਾਊਗਾ। ਕੀ ਤੁਸੀਂ ਕੀ ਸੋਚਦੇ ਇਹਦੇ ਬਾਰੇ? ਜਿਹੜੀ ਜਦੋਂ ਆਪਾਂ ਨੂੰ ਹੁਣ ਸਾਰਿਆਂ ਨੂੰ ਪਤਾ ਹੈ ਵੀ ਇਹ ਲੰਬੇ ਸਮੇਂ ਦਾ ਕੰਮ ਹੈਗਾ, ਹੁਣ ਸਰਕਾਰ ਨੇ 1090 ਪੋਸਟਾਂ ਦੀ ਜਿਹੜੀ ਵੈਕੈਂਸੀ ਹੈ ਉਹ ਕੱਢੀ ਹੈਗੀ। ਅਸੀਂ ਸਰਕਾਰ ਨੂੰ ਕਹਿੰਦੇ ਹਾਂ ਵੀ ਤੁਸੀਂ ਹੁਣ 2500-3000 ਦੀ ਜਿਹੜੀ ਅਸਾਮੀਆਂ ਨੇਗੀਆਂ ਉਹ ਕੱਢੋ। ਜਦੋਂ ਹੁਣ 2 ਸਾਲ ਲੱਗ ਜਾਂਦੇ ਨੇ ਜੀ ਪਟਵਾਰੀ ਨੂੰ ਤਿਆਰ ਹੋਣ ਨੂੰ ਸਰਕਲ ਦੇ ਵਿੱਚ ਆਉਣ ਨੂੰ, ਜਦੋਂ ਨੂੰ ਇਹਨਾਂ ਨੇ 1090 ਪਟਵਾਰੀਆਂ ਨੇ ਆਉਣਾ ਹੈਗਾ, ਉਦੋਂ ਨੂੰ ਜਿਹੜੇ ਹੋਰ ਪਟਵਾਰੀ ਨੇ ਉਹ ਰਿਟਾਇਰ ਹੋ ਜਾਣਗੇ। ਹੁਣ 1090 ਪਟਵਾਰੀਆਂ ਦੀ ਜਿਹੜੀ ਭਰਤੀ ਹੈ
उन्होंने दो साल लगन की बजाय जो हूँ 3,000 2,500 3,000 पटवारी जी भर्ती है वो चल पूगा तो जिमें पहला कम चल रहा है तो उमें जो कम चल जूगा सानू भी आस होजूगी भी 3,000 पटवारी की जी 2,500 पटवारी की जी भर्ती वो प्रक्रिया शुरू हो गई है उन्होंने पेपर वगैरह हो गए हैं उन्होंने ट्रेनिंग पर भेज दिता गया तो इस नाल जो कम हैगा सानू थोड़ी जी निजात मिलेगी उस तो। ठीक है।